ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਰੋਪ ਲਗਾਇਆ ਹੈ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਕਾਂਗਰਸ ਦੇ ਏਜੰਟ ਬਣ ਕੇ ਕੰਮ ਕਰ ਰਹੇ ਸੀ, ਜਿਨ੍ਹਾਂ ਦੇ ਖਿਲਾਫ਼ ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਹਰ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਲਿਖਿਆ ਸੀ ਕਿ ਵਿਜੇ ਪ੍ਰਤਾਪ ਸਿੰਘ ਕਾਂਗਰਸ ਦਾ ਏਜੰਟ ਬਣ ਕੇ ਕੰਮ ਚੱਲ ਰਿਹਾ ਸੀ। ਅੱਜ ਤੱਕ ਕਿਤੇ ਵੀ ਨਹੀਂ ਤੁਸੀਂ ਸੁਣਿਆ ਹੋਣਾ ਕਿ ਕੋਈ ਪ੍ਰੈਸ ਕਾਨਫਰੰਸ ਕਰੇ, ਮੀਡੀਆ ਚ ਆਏ, ਜਾਣ ਕੇ ਪੋਲੀਟੀਕਲ ਸਟੇਟਮੈਂਟ ਦੇ। ਤੋ ਮੈਂ ਕਹਿਣਾ ਕਿ ਇਲੈਕਸ਼ਨ ਕਮਿਸ਼ਨ ਨੇ ਬੜਾ ਸਹੀ ਫੈਸਲਾ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬੀਤੇ 2 ਸਾਲਾਂ ਦੌਰਾਨ ਰਾਜ ਲਈ ਕੁਝ ਨਹੀਂ ਕੀਤਾ। ਉਹਨਾਂ ਲੁਧਿਆਣਾ ਦੀ ਇੰਡਸਟਰੀ ਨੂੰ ਲੈ ਕੇ ਕਿਹਾ ਕਿ ਮੁੱਖ ਮੰਤਰੀ ਰਹਿੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਆਮ ਤੌਰ ਤੇ ਲੁਧਿਆਣਾ ਆਇਆ ਕਰਦੇ ਸਨ ਅਤੇ ਲੋਕਾਂ ਦੀ ਦੁੱਖ ਤਕਲੀਫਾਂ ਨੂੰ ਸੁਣਿਆ ਕਰਦੇ ਸੀ। ਪਰ ਅਫਸੋਸ ਕਿ ਮੌਜੂਦਾ ਸੀਐਮ ਨਾ ਤਾਂ ਉਹਨਾਂ ਦੀ ਪਰੇਸ਼ਾਨੀਆਂ ਨੂੰ ਜਾਣ ਰਹੇ ਨੇ ਅਤੇ ਨਾ ਹੀ ਉਹਨਾਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ ਬੀਤੇ ਦਿਨੀ ਲੋਕ ਇਨਸਾਫ਼ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਵਿਪਿਨ ਸੂਦ ਕਾਕਾ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਪਹੁੰਚੇ ਸੀ। ਉਹਨਾਂ ਨਾਲ ਪਾਰਟੀ ਦੇ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਵੀ ਸਨ। ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੇ ਕਾਕਾ ਸੂ ਜੀ ਨੂੰ ਮੈਂ ਜਨਰਲ ਸੈਕਟਰੀ ਪਾਰਟੀ ਦਾ ਵੀ ਐਲਾਨ ਕਰਦਾ। ਅੱਜ 2 ਸਾਲ ਹੋ ਗਏ ਤਕਰੀਬਨ ਪੰਜਾਬ ਵਿੱਚ ਕਾਂਗਰਸ ਦੇ ਰਾਜ ਆਏ ਨੂੰ। 2 ਸਾਲਾਂ ਚ ਇਹ ਲੱਗਦਾ ਕਿ ਇੱਥੇ ਕੋਈ ਮੁੱਖ ਮੰਤਰੀ ਹੈ ਹੀ ਨਹੀਂ। ਜਿਵੇਂ ਬਗੈਰ ਡਰਾਈਵਰ ਦੇ ਗੱਡੀ ਚੱਲ ਰਹੀ ਹੈ ਉਹ ਜੀ ਹਾਲਾਤ ਅੱਜ ਲੱਗ ਰਹੀ ਹੈ। ਤੁਸੀਂ ਅਖਬਾਰ ਪੜ੍ਹ ਲਓ ਪਿਛਲੇ 2 ਸਾਲਾਂ ਦੇ, ਤੁਹਾਨੂੰ ਕਿਤੇ ਨਹੀਂ ਤੁਸੀਂ ਅਖਬਾਰ ਚ ਪੜ੍ਹਿਆ ਹੋਣਾ ਕਿ ਅਮਰਿੰਦਰ ਸਿੰਘ ਅੱਜ ਲੁਧਿਆਣੇ ਆਇਆ, ਅੱਜ ਲੁਧਿਆਣੇ ਦੇ ਇੰਡਸਟਰੀ ਨੂੰ ਮਿਲਿਆ, ਅੱਜ ਲੁਧਿਆਣੇ ਦੇ ਵਪਾਰੀਆਂ ਨੂੰ ਮਿਲਿਆ, ਅੱਜ ਜਲੰਧਰ ਗਿਆ, ਅੱਜ ਅੰਮ੍ਰਿਤਸਰ ਚ ਹੈ, ਅੱਜ ਕੋਈ ਨਵੀਂ ਸੜਕ ਬਣਾ ਰਹੇ ਹਨ, ਅੱਜ ਕੋਈ ਨਵਾਂ ਥਰਮਲ ਪਲਾਂਟ ਬਣਾ ਰਹੇ ਹਨ। ਇੱਕ ਵੀ ਚੀਜ਼ ਨਹੀਂ ਤੁਸੀਂ 2 ਸਾਲਾਂ ਚ ਪੜ੍ਹੀ ਹੋਣੀ। ਜਿਹੜਾ ਮੁੱਖ ਮੰਤਰੀ ਝੂਠ ਤੇ ਨਿਰਭਰ ਤੇ ਮੁੱਖ ਮੰਤਰੀ ਬਣਿਆ ਹੋਏ ਉਹ ਤੋਂ ਨਿਖੇਧਾਤੀ ਕੋਈ ਨਹੀਂ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਤੁਸੀਂ ਯਾਦ ਕਰੋ, ਤੁਸੀਂ ਦੇਖਿਆ ਹੋਣਾ ਟੀਵੀ ਚ ਵੀ, ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡੇ ਵਿੱਚ ਜਦੋਂ ਇਲੈਕਸ਼ਨ ਹੋ ਰਹੇ ਸੀ ਗੁਟਕਾ ਸਾਹਿਬ ਨੂੰ ਆਪਣੇ ਹੱਥ ਰੱਖਿਆ, ਗੁਟਕਾ ਸਾਹਿਬ ਨੂੰ ਆਪਣੇ ਸਿਰ ਨਾਲ ਲਾਇਆ, ਤਦ ਸ੍ਰੀ ਦਮਦਮਾ ਸਾਹਿਬ ਤਰਫ ਹੱਥ ਕੀਤਾ। ਉਹਦੇ ਬਾਅਦ ਉਹਨੇ ਕਿਹਾ ਕਿ ਮੈਂ ਅਮਰਿੰਦਰ ਸਿੰਘ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਂਦਾ ਕਿ ਜਿੰਨਾ ਵੀ ਕਰਜ਼ਾ ਕਿਸਾਨਾਂ ਦਾ, ਭਾਵੇਂ ਆੜ੍ਹਤੀਆਂ ਦਾ, ਭਾਵੇਂ ਬੈਂਕਾਂ ਦਾ, ਭਾਵੇਂ ਸੁਸਾਇਟੀ ਦਾ, ਮੈਂ ਸਾਰਾ ਮੋੜੂੰਗਾ। ਕਹਿੰਦਾ ਮੈਂ ਘਰ ਘਰ ਨੌਕਰੀ ਸਹੁੰ ਖਾ ਕੇ, ਕਹਿੰਦਾ ਮੈਂ ਘਰ ਘਰ ਨੌਕਰੀ ਦੂੰਗਾ, 1 ਮਹੀਨੇ ਚ ਨਸ਼ਾ ਖਤਮ ਕਰ ਦੂੰਗਾ, 2500 ਪੈਨਸ਼ਨ ਕਰ ਦੂੰਗਾ। ਝੂਠ ਐਡੇ ਵੱਡੇ ਬੋਲੇ, ਉਹਦਾ ਮਤਲਬ ਇੱਕੋ ਇੱਕ ਸੀ, ਕਿਵੇਂ ਨਾ ਕਿਵੇਂ ਮੈਂ ਸਰਕਾਰ ਬਣਾਉਣਾ। ਜਿਹੜਾ ਇਨਸਾਨ ਆਪਣੇ ਗੁਰੂ ਦੀ ਝੂਠੀ ਸਹੁੰ ਖਾ ਸਕਦਾ ਹੈ ਉਹਦਾ ਮਾੜਾ ਘਟੀਆ ਇਨਸਾਨ ਕੋਈ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਰੋਪ ਲਗਾਇਆ ਕਿ ਕਾਂਗਰਸ ਨੇ ਬੀਤੇ 65 ਸਾਲਾਂ ਦੀ ਸੱਤਾ ਕਾਲ ਦੌਰਾਨ
ਦੇਸ਼ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਜਦਕਿ ਭਾਜਪਾ ਦੇ ਮੈਨੀਫੈਸਟੋ ਵਿੱਚ ਜੋ ਕੁਝ ਕਿਹਾ ਗਿਆ ਸੀ ਉਹ ਕੇਂਦਰ ਸਰਕਾਰ ਨੇ ਪੂਰਾ ਕੀਤਾ। ਇੱਕ ਬੜੇ ਜ਼ਿੰਮੇਵਾਰੀ ਨਾਲ ਆਪਦਾ ਚੋਣ ਮੈਨੀਫੈਸਟੋ ਜਾਰੀ ਕੀਤਾ, ਕਿਉਂਕਿ ਬੀਜੇਪੀ ਦੀ ਸਰਕਾਰ, ਐਨਡੀਏ ਦੀ ਸਰਕਾਰ ਦਿੱਲੀ 'ਚ ਬਾਨੀ ਤੈਅ ਹੈ ਔਰ ਲੋਕਾਂ ਨੂੰ ਉਸ ਮੈਨੀਫੈਸਟੋ ਤੋਂ ਆਸ ਵੀ ਹੈ ਕਿ 65 ਸਾਲ ਦੇਸ਼ 'ਤੇ ਕਾਂਗਰਸ ਨੇ ਰਾਜ ਕੀਤਾ ਔਰ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਇੱਕੋ ਪਰਿਵਾਰ ਗਾਂਧੀ ਪਰਿਵਾਰ ਨੇ ਰਾਜ ਕੀਤਾ ਅਤੇ ਉਹਨਾਂ ਦੇ 60 ਸਾਲ ਦੇ ਪਰਿਵਾਰ ਦੇ ਪਰਿਵਾਰਕ ਰਾਜ ਤੋਂ ਬਾਅਦ ਵੀ ਮੈਨੀਫੈਸਟੋ 'ਚ ਵੱਡੀ ਗੱਲ ਕੀ ਸੀ, ਕਾਂਗਰਸ ਦਾ ਹੱਥ ਗਰੀਬ ਦੇ ਨਾਲ। ਜੋ 60 ਸਾਲ ਪਹਿਲਾਂ ਸੀ ਉਹੀ 60 ਸਾਲ ਬਾਅਦ ਹੈ, ਮੈਨੀਫੈਸਟੋ ਕਦੇ ਲਾਗੂ ਨਹੀਂ ਹੋਇਆ। ਗਰੀਬੀ ਵਧੀ, ਅਨਪੜ੍ਹਤਾ ਵਧੀ, ਬੇਰੁਜ਼ਗਾਰੀ ਵਧੀ ਔਰ ਅੱਜ ਵੀ ਸਿਰਫ ਚੋਣ ਮੈਨੀਫੈਸਟੋ ਕਾਂਗਰਸ ਦਾ ਇਸ ਲਈ ਜਾਰੀ ਕੀਤਾ ਗਿਆ ਕਿ ਸ਼ਾਇਦ 40 ਸੀਟਾਂ ਦੀ ਜਗ੍ਹਾ 45 ਆ ਜਾਣ ਲੋਕ ਸਭਾ ਦੀ, ਉਸ ਤੋਂ ਵੱਧ ਕੁਛ ਨਹੀਂ। ਬੀਜੇਪੀ ਨੇ ਜੋ ਵੀ ਮੈਨੀਫੈਸਟੋ 'ਚ ਜਾਰੀ ਕੀਤਾ, ਪਹਿਲਾਂ ਵੀ ਕਿਸਾਨੀ ਨੂੰ ਡਾਇਰੈਕਟ ਟ੍ਰਾਂਸਫਰ ਦੇਣਾ ਸ਼ੁਰੂ ਕੀਤਾ, ਕਈ ਅਹਿਮ ਫੈਸਲੇ ਲਏ ਆ ਇਸ ਮੈਨੀਫੈਸਟੋ 'ਚ ਵੀ। ਮੈਂ ਸਮਝਦਾ ਜ਼ਿੰਮੇਵਾਰੀ ਨਾਲ ਜੋ ਲਾਗੂ ਕੀਤਾ, ਜੋ ਉਹਨਾਂ ਨੇ ਰਿਲੀਜ਼ ਕੀਤਾ, ਉਹਨੂੰ ਆਉਣ ਵਾਲੇ ਸਮੇਂ 'ਚ ਲਾਗੂ ਕਰ। ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਟ੍ਰਾਂਸਫਰ ਨੂੰ ਲੈ ਕੇ ਉਹਨਾਂ ਕਿਹਾ ਕਿ ਵਿਜੇ ਪ੍ਰਤਾਪ ਸਿੰਘ ਪੁਲਿਸ ਅਫਸਰ ਤੋਂ ਜ਼ਿਆਦਾ ਕਾਂਗਰਸ ਦੇ ਬੁਲਾਰੇ ਦੇ ਰੂਪ ਵਿੱਚ ਕੰਮ ਕਰ ਰਹੇ ਨੇ। ਕਾਂਗਰਸ ਦੇ ਸਪੋਕਸ ਪਰਸਨ ਦੇ ਰੂਪ 'ਚ ਅਨਪ੍ਰੋਫੈਸ਼ਨਲ ਬਿਹੇਵੀਅਰ ਪਹਿਲੇ ਦਿਨ ਤੋਂ, ਜਿਸ ਦਿਨ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਇਹ ਟਿੱਪਣੀ ਕੀਤੀ ਕਿ ਇਹ ਤਾਂ ਜੀ ਇਹਨਾਂ ਕੋਲ ਬੁਲਟ ਪਰੂਫ ਗੱਡੀਆਂ ਨੇ, ਲੈਂਡ ਕਰੂਜ਼ਰ ਗੱਡੀਆਂ ਨੇ, ਤੇਲ ਹੈ ਅਤੇ ਇਹ ਜਿੱਥੇ ਮਰਜ਼ੀ ਆ ਸਕਦੇ ਆ। ਇੱਕ ਅਨਬਿਕਮਿੰਗ ਆਫ ਆਫਿਸਰ, ਅਨਪ੍ਰੋਫੈਸ਼ਨਲ ਐਟੀਟਿਊਡ ਜਿਹੜਾ ਇੱਕ ਮੈਂਬਰ ਨੇ SIT ਨੇ ਦਿਖਾਇਆ, ਉਸ ਤੋਂ ਬਾਅਦ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਟਿੱਪਣੀਆਂ ਕੀਤੀਆਂ ਔਰ ਇਹ ਮਹਿਸੂਸ ਹੋਇਆ ਕਿ ਇਹ ਆਪਦੀ ਜ਼ਿੰਮੇਵਾਰੀ ਪ੍ਰੋਫੈਸ਼ਨਲੀ ਛੱਡ ਕੇ ਇੱਕ ਕਾਂਗਰਸ ਦੇ ਸਪੋਕਸਪਰਸਨ ਦੇ ਸਟਾਰ ਪ੍ਰਚਾਰਕ ਦੇ ਰੂਪ 'ਚ ਕੰਮ ਕਰਨ ਲੱਗ ਗਏ। ਇਲੈਕਸ਼ਨ 'ਚ ਪਾਰਦਰਸ਼ਤਾ ਔਰ ਇਲੈਕਸ਼ਨ 'ਚ ਹਰੇਕ ਨੂੰ ਵਿਦਆਊਟ ਐਨੀ ਫੇਅਰ ਪ੍ਰੈਜੁਡਿਸ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ, ਮਗਰ ਜਿਸ ਤਰੀਕੇ ਨਾਲ ਕਾਂਗਰਸ ਦੀ ਮਦਦ 'ਤੇ ਕਾਂਗਰਸ ਦੇ ਬੁਲਾਰੇ ਦੇ ਰੂਪ 'ਚ ਉੱਤਰ ਆਏ ਸੀ, ਅਸੀਂ ਆਪਣੀ ਫਰਿਆਦ ਲੈ ਕੇ ਜਿਵੇਂ ਹਰ ਪਾਰਟੀ ਜਾਂਦੀ ਹੈ, ਅੱਜ ਕੋਈ ਇਹ ਨਹੀਂ ਕਿ ਕਾਂਗਰਸ ਵੀ ਜਾਂਦੀ ਰਹੀ, ਅਸੀਂ ਵੀ ਆਪਦੀ ਸਾਰੀ ਚੀਜ਼ਾਂ ਲਿਖਤੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਔਰ ਇਲੈਕਸ਼ਨ ਕਮਿਸ਼ਨ ਨੇ 3 ਹਫ਼ਤਿਆਂ ਦੀ ਜਾਂਚ ਤੋਂ ਬਾਅਦ, ਸਪੈਸ਼ਲੀ ਜਾਂਚ ਡੂੰਘਾਈ 'ਚ ਕਰਨ ਤੋਂ ਬਾਅਦ ਔਰ ਉਹਨਾਂ ਨੇ ਜੋ ਉਹਦੇ 'ਚ ਮੈਰਿਟ ਪਾਇਆ ਸਾਡੀ ਗੱਲਾਂ 'ਚ, ਇਕੱਲਾ ਇੰਡਾਈਟ ਨਹੀਂ ਕੀਤਾ ਕੁੰਵਰ ਵਿਜੇ ਪ੍ਰਤਾਪ ਨੂੰ, ਮਗਰ ਫੋਰ ਐਵਰ ਅੱਗੇ ਸਾਰੀ ਇਲੈਕਸ਼ਨਾਂ ਕਦੇ ਵੀ ਹੋਣਗੀਆਂ ਉਹਦੇ 'ਚੋਂ ਪੋਲ ਡਿਊਟੀ 'ਚ ਨਹੀਂ ਤੈਨਾਤ ਹੋ ਸਕਣਗੇ। ਨਾਲ ਇਲੈਕਸ਼ਨ ਕਮਿਸ਼ਨ ਨੇ ਸਾਡੀ ਗੱਲੀਆਂ, ਕਿਉਂਕਿ ਅਸੀਂ ਕਈ TV ਚੈਨਲਾਂ ਦਾ ਹਵਾਲਾ ਦਿੱਤਾ, ਉਹਨਾਂ ਦੀਆਂ ਸਟੇਟਮੈਂਟਾਂ ਦਾ ਹਵਾਲਾ ਦਿੱਤਾ, ਉਹ ਸਾਰੇ ਹਵਾਲੇ ਵੇਖਣ ਤੋਂ ਬਾਅਦ ਸਾਡੀ ਗੱਲ ਦਾ ਫੈਸਲਾ ਲੈਂਦੇ ਹੋਏ ਜਿੱਥੇ ਉਹਨਾਂ ਨੂੰ ਇੰਡਾਈਟ ਕੀਤਾ ਕਿ ਇਹ ਪੋਲਿਟੀਸਾਈਜ਼ ਕਰ ਰਹੇ ਆ ਮੈਟਰ ਨੂੰ ਔਰ ਜਿਵੇਂ ਇਸ ਗੱਲ ਦੇ ਸੱਚਾਈ ਸਾਹਮਣੇ ਆ ਰਹੇ, ਤੁਸੀਂ ਕੋਰਟ ਦੇ ਵੀ ਆਰਡਰ ਵੇਖੇ ਆ ਕਿ ਇੱਕ ਇੱਕ ਨੂੰ ਨਾਲ ਦੀ ਨਾਲ ਜ਼ਮਾਨਤ, ਉਹ ਇਸ ਲਈ ਹੋ ਰਹੀ ਹੈ ਕਿਉਂਕਿ ਪੋਲਿਟੀਸਾਈਜ਼ੇਸ਼ਨ ਬਾਲਾ ਚਿਰ ਚੱਲਣੀ ਨਹੀਂ ਸੀ ਔਰ ਇੱਕ ਅਫਸਰ ਦਾ ਉਹਦੇ 'ਚ
ਜੋ ਪੋਲੀਟੀਕਲ ਰਵੱਈਆ ਸੀ ਕਾਂਗਰਸ ਦੇ ਸਪੋਕਸਪਰਸਨ ਦੇ ਰੂਪ 'ਚ, ਉਹ ਸਾਰਿਆਂ ਦੇ ਸਾਹਮਣੇ ਨੰਗਾ ਹੋਇਆ। ਇਲੈਕਸ਼ਨ ਕਮਿਸ਼ਨ ਨੇ ਐਕਸ਼ਨ ਦੀ ਵੀ ਡਿਮਾਂਡ ਕੀਤੀ ਹੈ ਫੋਰ ਹੀ ਫੋਰ ਨੈਗਲੀਜੈਂਸ ਆਫ ਡਿਊਟੀ, ਕਿ ਆਪਣੀ ਡਿਊਟੀ ਤੋਂ ਬਾਹਰ ਜਾਂਦੇ ਹੋਏ ਗੈਰ ਜ਼ਿੰਮੇਵਾਰਾ ਬਿਹੇਵੀਅਰ ਦਾ, ਉਹ ਵੀ ਕਾਰਵਾਈ ਦੀ ਇਲੈਕਸ਼ਨ ਕਮਿਸ਼ਨ ਨੇ ਲਿਖ ਕੇ ਭੇਜਿਆ ਮੈਨੂੰ। ਹਾਂਜੀ, ਜਦਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਉਹਨਾਂ ਨੂੰ ਦਿੱਤੀ ਗਈ ਚੋਣ ਲੜਨ ਦੀ ਚੁਣੌਤੀ ਨੂੰ ਲੈ ਕੇ ਉਹਨਾਂ ਕਿਹਾ ਕਿ ਬੈਂਸ ਇੱਕ ਬਲੈਕਮੇਲਰ ਹਨ ਅਤੇ ਉਹ ਉਹਨਾਂ ਨੂੰ ਸਬਕ ਸਿਖਾਉਣਗੇ। ਉਹ ਦੱਸੋ ਤੁਸੀਂ ਉਹ ਬਲੈਕੀਆ ਕੀ ਕਹਿ ਰਿਹਾ, ਉਹ ਬਲੈਕਮੇਲਰ ਬੰਦਾ ਜਿਹਨੇ 2 ਮਰਲੇ ਦੀ ਕੋਠੀ 'ਚ ਰਹਿੰਦਾ ਸੀ, ਹੁਣ 15 ਮਰਲੇ 'ਚ ਪੈ ਗਿਆ, ਲੋਕਾਂ ਨੂੰ ਬਲੈਕਮੇਲ ਕਰ ਕਰਕੇ, ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ। ਬੈਂਸ ਉਹ ਬੈਂਸ ਬ੍ਰਦਰ ਪਾਰਟੀ ਦਾ ਬਾਲਾ ਫਿਕਰ ਨਾ ਕਰੋ, ਆ ਜਲੂਸ ਨਿਕਲ ਚੱਲਿਆ। MP ਰਵਨੀਤ ਸਿੰਘ ਬਿੱਟੂ ਵੱਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਚੋਣ ਜ਼ਾਬਤੇ ਦੀ ਧੱਜੀਆਂ ਉਡਾਉਣ ਸੰਬੰਧੀ ਆਰੋਪਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਇਹਨਾਂ ਨੇ ਪੇੜਾਂ ਤੇ ਬੋਰਡ ਲਗਾਏ ਹਨ, ਹੁਣ ਲੋਕ ਇਹਨਾਂ ਨੂੰ ਪੇੜਾਂ ਤੇ ਟੰਗਣਗੇ। ਜਦਕਿ ਲੁਧਿਆਣਾ ਤੋਂ ਚੋਣ ਲੜਨ ਬਾਰੇ ਉਹਨਾਂ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ। ਦੇਖੋ ਮੇਰੇ, ਮੈਂ ਤਾਂ ਤੁਹਾਡੇ ਵਾਂਗੂ ਸਟਿੰਗਰ ਹੀ ਹਾਂ, ਸਮਝੋ। ਜਿਵੇਂ ਮੈਨੂੰ ਗਰੀਬ ਨੂੰ ਕਾਹਦੇ ਲਈ ਪੁੱਛੀ ਜਾਂਦੇ ਹੋ, ਮੇਰੇ ਤਾਂ ਆਪ ਦੀ ਟਿਕਟ ਦਾ ਨਹੀਂ ਪਤਾ। ਮਗਰੋਂ ਹਾਈ ਪਾਵਰਡ ਕਮੇਟੀ ਆ ਰਹੀ ਹੈ, ਪ੍ਰਧਾਨ ਸਾਹਿਬ ਆ ਰਹੇ ਹੈ, ਉਹ ਮੈਨੂੰ ਪੁੱਛ ਲਿਓ, ਦੱਸ ਦੇਣਗੇ ਜੀ। ਮੈਨੂੰ ਤਾਂ ਜਿੱਥੋਂ, ਮੈਂ ਤਿਆਰ ਨਹੀਂ, ਇਹ ਬਲੈਕਮੇਲਰ ਹੈ, ਜਿਹਨੂੰ ਬੰਦੇ ਦਾ ਪੁੱਤ ਬਣਾ ਦੂੰ ਮੈਂ ਜਿੱਦਣ ਮੈਂ ਆ ਗਿਆ ਇੱਥੇ। ਅਤੇ ਦੇਖੋ ਮੈਂ ਫਿਰ ਉਹ ਬੇਨਤੀ ਕਰਾਂ ਕਿ ਫੈਸਲਾ ਉਹਨਾਂ ਦਾ, ਮਗਰ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨਾ, ਜਿਨ੍ਹਾਂ ਨੇ 2 ਮਰਲੇ ਦੇ ਪਲਾਟ 'ਚ ਰਹਿ ਕੇ, ਤੁਸੀਂ ਤਾਂ ਮੇਰੇ ਵੀਰੋ ਉਹ ਤੁਸੀਂ ਵੀ ਵੇਖੇ ਉਹਦੇ ਹਾਲਾਤ, 15 ਕਿੱਲੇ ਦੀ ਕੋਠੀ 'ਚ ਐਵੇਂ ਨਹੀਂ ਰਹਿਣ ਲੱਗ ਗਏ, ਜਿਹੜੀ ਅੱਧੀ ਦੁਨੀਆਂ ਨੂੰ ਇੱਥੇ ਤੰਗ ਪਰੇਸ਼ਾਨ ਕੀਤਾ। ਪਹਿਲਾਂ ਤਾਂ ਰਵਨੀਤ ਸਿੰਘ ਬਿੱਟੂ ਨੌਜਵਾਨਾਂ ਦੀ ਨੌਕਰੀ ਦੇਵੇ, ਜਿਹੜਾ ਆਪਦੇ ਭਰਾ ਨੂੰ ਡਿਪਟੀ ਲਵਾ ਲਿਆ ਨਾ, ਅਤੇ ਬਾਕੀ ਵੇਖਦੇ ਫਿਰਦੇ ਤੁਹਾਡੇ ਬੱਚਿਆਂ ਨੂੰ ਨੌਕਰੀ ਦੇਵੇ। ਮੈਂ ਤੁਹਾਡੀ ਵੀ ਗੱਲ ਕਰਦਾ, ਤੁਹਾਡਾ ਵੀ ਹੱਕ ਮਾਰਿਆ, ਉਹਨੂੰ ਕਿਹੜਾ ਨਹੀਂ ਚਾਹੁੰਦਾ ਕਿ ਸਾਡੇ ਨਿਆਣੇ ਨੌਕਰੀ। ਇਸ ਲਈ ਹਰੇਕ ਦੇ ਨਾਲ ਧੱਕਾ ਕਰਨ ਵਾਲੇ, ਜਿਹੜਾ ਮੰਤਰੀ ਆ ਉਹ ਕਵੇ ਮੈਂ ਹਾਈਕੋਰਟ ਦੀ ਪਰਵਾਹ ਨਹੀਂ ਕਰਦਾ, ਹੁਣ ਸੱਦ ਲਏ ਨਾ ਹਾਈਕੋਰਟ ਨੇ। ਦੇਖੋ ਗੁਰੂ ਤੋਂ ਡਰ ਕੇ ਚੱਲੋ, ਲੋਕਾਂ ਦੀ ਚਰਨਾਂ ਦੀ ਧੂੜ ਬਣ ਕੇ ਚੱਲੋ, ਐਂ ਉਂਗਲਾਂ ਵਿਖਾਉਣੀਆਂ ਅਤੇ ਇਹ ਡਰਾਮੇ ਕਰਨੇ ਛੱਡ ਦਿਓ, ਵੋਟਾਂ ਲਾਉਣ ਦੀ ਲੋੜ ਨਹੀਂ ਪੈਣੀ ਸੀ। ਇੱਕ ਲਾਸਟ ਵਾਲ ਗੱਲ ਸੁਣ ਲਓ, ਹੁਣ ਅਮਲਾਂ ਤੇ ਨਿਬੇੜੇ ਕਿਸੇ ਨਾਲ ਤੇਰੀ ਜਾਤ ਪੁੱਛਣੀ, ਕੰਮ ਚੰਗੇ ਹੁੰਦੇ ਲੋਕਾਂ ਦੇ ਚੰਗੇ ਫੈਸਲੇ ਕਰਦੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।